ਸਾਤਿਸ਼ਰੀਆ ਕਾਲਜ ਦੇ ਕਿਸਾਨ ਭਰਾਓ ਪਹਿਲਾਂ ਆਪਣਾ ਨੁਕਸਾਨ ਜਿਹੜਾ ਪਾਣੀ ਨੇ ਹੜ੍ਹਾਂ ਨੇ ਬਹੁਤ ਜ਼ਿਆਦਾ ਜਿਹੜਾ ਕੀਤਾ ਬਹੁਤ ਨੁਕਸਾਨ ਜਿਹੜਾ ਹੋਇਆ ਜਿਹੜਾ ਆਪਾਂ ਬਿਆਨ ਨਹੀਂ ਕਰ ਸਕਦੇ ਤੇ ਹੁਣ ਜਿਹੜਾ ਜਿਹੜੇ ਰਹਿੰਦੇ ਝੋਨੇ ਆ ਉਹਦਾ ਜਿਹੜਾ ਬਿਜਲੀ ਨੁਕਸਾਨ ਕਰੀ ਜਾਂਦੀ ਹੈ ਸੋ ਆ ਤੁਹਾਡੇ ਸਾਹਮਣੇ ਆ ਝੋਨਾ ਜਿਹੜਾ ਬਿਲਕੁਲ ਸੁੱਕਾ ਪਿਆ ਦੁੱਧਾ ਝੋਨੇ ਦੇ ਵਿੱਚ ਪਿਆ 1509 ਦੇ ਵਿੱਚ ਪਾਣੀ ਦੀ ਸਖਤ ਲੋੜ ਆ ਕਿ ਲਾਈਟ ਇੰਨੀ ਘਟ ਆਉਂਦੀ ਹੈ ਵੀ ਕਿਲਾ ਥਾਂ ਦਾ ਜਿਹੜਾ ਉਹ ਇੱਕ ਮੋਟਰ ਨਹੀਂ ਭਰਨਦੀ ਤੇ ਐਨੇ ਨੇ لمبے ਕੱਟ ਸਮਝੋ ਬਾਹਰ ਹੈ ਵੀ ਕਿਹੜੀ ਗੱਲਾਂ ਜਿਹੜੇ ਆ ਸਰਕਾਰ ਲਾਉਣ ਡਈ ਆ ਸੋ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਵੀ ਤੁਹਾਡੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਜਿਹੜੇ ਕੱਟ ਲੱਗਣ ਡੇ ਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਆਪਾਂ ਸਰਕਾਰ ਤੱਕ ਗੱਲ ਪਹੁੰਚਾਈਏ ਵੀ ਝੋਨਿਆਂ ਜਿਹੜੇ ਆ ਉਹ ਬਿਲਕੁਲ ਜਿਹੜੇ ਬਰਬਾਦ ਹੋਣ ਡੇ ਆ ਲਾਈਟ ਛੱਡੀ ਜਾਵੇ ਸੋ ਕਿਸਾਨਾਂ ਨੂੰ ਪਰੇਸ਼ਾਨ ਹੋਰ ਨਾ ਕੀਤਾ ਜਾਵੇ ਪਹਿਲਾਂ ਕਿਸਾਨ ਜਿਹੜੇ ਆ ਬਹੁਤ ਜ਼ਿਆਦਾ ਦੁਖੀ ਆ ਸੋ ਇੱਕ ਸੋਸ਼ਲ ਮੀਡੀਆ ਜਰੀਆ ਵਾ ਸਰਕਾਰ ਤੱਕ ਗੱਲ ਪਹੁੰਚਾਉਣ ਦਾ ਆਪਾਂ ਸਾਰੇ ਜਣੇ ਆਪਣੇ ਪੇਜਾਂ ਤੋਂ ਜਾਂ ਆਪਣੇ ਅਕਾਊਂਟ ਤੋਂ ਫੇਸਬੁੱਕ ਤੋਂ ਆਪਾਂ ਜਰੂਰ ਸਾਰੇ ਜਣੇ ਜਿਹੜਾ ਸਨੇਹਾ ਸਰਕਾਰ ਤੱਕ ਪਹੁੰਚਾਈਏ ਸੋ ਧੰਨਵਾਦ